ਵੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਮੌਸਮ ਦੇਖੋ ਕਿੰਨਾ ਸੁਹਾਵਣਾ ਹੋਇਆ ਪਿਆ, ਧੁੰਦ ਪੈ ਰਹੀ ਹੈ ਅਤੇ ਅੱਜ ਮੈਂ ਤੁਹਾਨੂੰ ਨਾ ਇੱਕ ਨਵੀਂ ਚੀਜ਼ ਦਿਖਾਉਣਾ, ਆਪਾਂ ਕੁਛ ਲੈ ਕੇ ਆਏ ਹਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਅੱਜ। ਲਓ ਜੀ ਦੋਸਤੋ, ਪਹਿਲਾਂ ਤਾਂ ਆਪਾਂ ਜੇ ਨਵੀਂ ਟਰਾਲੀ ਲਿਆਉਂਦੀ ਹੈ ਇਹਦੇ ਕਰਾਂ ਦਰਸ਼ਨ, ਕਿਵੇਂ ਲੱਗਦੀ ਹੈ, ਇਹਦੇ ਵਿੱਚ ਜਿਸ ਦੀ ਚਾਦਰ ਲੱਗੀ ਹੈ ਸਾਰੀ ਚ ਹਿੱਸਾ ਬਹੁਤ ਮਜ਼ਬੂਤ ਹੈ। ਦੇਖੋ ਹੱਬ ਕਿੰਨੀ ਮੋਟੀ ਹੈ, ਰੇਲ ਦਾ ਹਿੱਸਾ ਲੱਗਿਆ। ਅਤੇ ਕੱਲ੍ਹ ਆਪਾਂ ਤਲਵੰਡੀ ਭਾਈ ਤੋਂ ਲੈ ਕੇ ਆਏ ਹਾਂ 11 ਫੁੱਟੀ, ਅਤੇ ਇੱਕ ਆਪਾਂ ਲਿਆ ਹੈਗਾ ਜੀ ਆਹ ਵਾਲਾ ਸਦਾ ਬਹਾਰ ਟਰੈਕਟਰ ਐਸ਼ਰ। ਦੇਖੋ ਇਹਦੇ ਮੂਹਰਲੇ ਟਾਇਰ ਨਵੇਂ ਆ, ਕੰਡੀਸ਼ਨ ਬਹੁਤ ਸਾਫ ਹੈ, ਮਗਲੇ ਟਾਇਰ ਅੱਧੋ ਰਾਣੇ ਜੇ, ਅਤੇ ਥੋੜ੍ਹਾ ਬਹੁਤ ਇਹਦਾ ਹਲਕਾ ਫੁਲਕਾ ਜਿਹਾ ਕੰਮ ਕਰਾਵਾਂਗੇ, ਸੀਟ ਬਣਾਉਣ ਵਾਲੀ ਹੈ ਜਾਂ ਗੱਦੀਆਂ ਜਿਹੀਆਂ ਬਣਾਉਣ ਵਾਲੀਆਂ ਅਤੇ ਸਾਈਡਾਂ ਵਾਲੇ 'ਤੇ ਮਡ ਗਾਰਡ ਵਾਲੇ ਸੀਟਾਂ 'ਤੇ। ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ ਹੈ ਅਤੇ ਇਹ ਹੋ ਗਈ ਆਪਣੀ ਟਰਾਲੀ। ਇਹਦੇ 'ਤੇ ਕੁਛ ਬਦਲਾਅ ਕਰਨ ਵਾਲੇ ਹੈ ਉਹ ਆਪਾਂ ਜ਼ਰੂਰ ਕਰਾਂਗੇ, ਕਿਉਂਕਿ ਏਰੀਏ ਦੇ ਹਿਸਾਬ ਨਾਲ ਹੈ ਨਾ ਰੰਗ ਰੰਗ ਜੇ ਕਰੇ ਜਾਂਦੇ ਆ। ਜਿਵੇਂ ਆਹ ਦੇਖੋ, ਆਹ ਪੱਟੀ 'ਤੇ ਤੁਸੀਂ ਦੇਖੋ ਰੰਗ ਰੁੰਗ ਜੇ 3-4 ਰੰਗ ਜੇ ਰਲਾ ਕੇ ਕਰੇ ਹੋਏ ਆ ਆਹ ਪੱਟੀ 'ਤੇ, ਅਤੇ ਇੱਥੇ ਵੀ ਆਹ ਡਿਜ਼ਾਇਨ ਜੇ ਹੈ ਨਾ ਕਟੇ ਮਾਟੇ ਜੇ ਮਾਰੇ ਪਏ ਆ, ਇਹ ਇਹਨਾਂ ਦੀ ਆਪਾਂ ਥੋੜ੍ਹਾ ਜਿਹਾ ਸੈੱਟ ਕਰਾਂਗੇ, ਇਹਨਾਂ ਨੂੰ ਇੱਕ ਰੰਗ ਕਰ ਦਾਂਗੇ। ਇਹ ਪਿਛਲੇ ਪਾਸੇ ਤੁਸੀਂ ਦੇਖੋ ਵੀ ਆਹ ਜਿਹੜਾ ਜੈਨਰ ਹੈ ਇਹਨੂੰ ਇੱਥੋਂ ਕੱਟ ਦੇ ਕੇ ਇੱਦਾਂ ਕਰਾਉਣ ਦਾ ਇਰਾਦਾ ਹੈ। ਫਿਰ ਚੌਰਸ ਜਿਹਾ ਮੈਨੂੰ ਲੱਗਦਾ ਵੀ ਸੋਹਣਾ ਨਹੀਂ ਲੱਗਦਾ ਗਾ, ਬਾਕੀ ਤੁਸੀਂ ਵੀਡੀਓ ਦੇਖ ਕੇ ਰਾਇਆ ਦਿਓ ਵੀ ਇਹਨੂੰ ਇੱਦਾਂ ਕਰਾਈਏ ਕਿ ਇੱਦਾਂ ਹੀ ਰੱਖ ਲਈਏ ਇੱਦਾਂ ਹੀ। ਬਾਕੀ ਡਾਲਾ ਡੁਲਾ ਬਹੁਤ ਮਜ਼ਬੂਤ ਬਣਾਇਆ, ਬਣਾਉਣ ਦੇ ਵਿੱਚ ਕੋਈ ਕਮੀ ਨਹੀਂ ਗੀ, ਪਰ ਸਾਹਾ ਮੈਨੂੰ ਅਸਲ ਵਿੱਚ ਮੈਨੂੰ ਆਹ ਥੋੜ੍ਹੇ ਜਿਹੇ ਰੰਗ ਜਿਹੇ ਨਹੀਂ ਜਚੇ, ਇਹਨਾਂ ਦੇ ਜਿਹੜੇ ਵਾਲੇ ਕਾਟੇ ਵਾਟੇ ਜਿਹੇ ਮਾਰੇ ਪਏ ਆ, ਅਤੇ ਅਦਰਵਾਈਜ਼ ਟਰਾਲੀ ਵਧੀਆ ਮਜ਼ਬੂਤ ਬਣਾਈ ਗਈ ਹੈ, ਚੰਗਾ ਲੋਹਾ ਲਾਇਆ। ਦੇਖੋ ਆਹ ਪੱਤੀ ਦੇਖੋ ਕਿੱਡੀ ਮੋਟੀ ਲਾਈ ਹੈ, 3 ਸਰੀਏ ਲਾਏ ਨਹੀਂ ਆਮ 2 ਸਰੀਏ ਹੁੰਦੇ ਆ। ਟਾਇਰ ਟੂਰ ਵੀ, ਟਾਇਰਾਂ ਦੀ ਕੰਡੀਸ਼ਨ ਵੀ ਸੋਹਣੀ ਹੈ, ਅਤੇ 1020 ਦੇ ਟਾਇਰ ਹੈ। ਆਹ ਹੁਣ ਆਪਣਾ ਦੂਸਰੀ ਸਾਈਡ ਤੋਂ ਦਿਖਾ ਦਿੰਦੇ ਤੁਹਾਨੂੰ ਐਸ਼ਰ, ਸੈਲਫ ਸਟਾਰਟ ਹੈ। ਬਾਕੀ ਗੱਲਬਾਤ ਓਕੇ ਹੈ ਜੀ ਟਾਇਰਾਂ ਟੂਰਾਂ ਦੀ, ਅੱਗੋਂ ਵੀ ਟਰੈਕਟਰ ਦੀ ਫਿਨਿਸ਼ਿੰਗ ਬਹੁਤ ਹੈ, ਬਸ ਆ ਬੈਟਰੀ ਬਕਸਾ ਥੋੜ੍ਹਾ ਸੈੱਟ ਕਰਾਉਣਾ ਹੈ, ਇਹ ਦੇਖਦੇ ਹਾਂ ਅੱਜ ਨਵਾਂ ਹੀ ਲਵਾ ਦਾਂਗੇ, ਦੇਖ ਕੇ ਤਾਂ ਸਲੈਂਸਰ ਚੇਂਜ ਕਰਾਵਾਂਗੇ ਜਿਹੜਾ ਉੱਪਰ ਨੂੰ ਨਵੇਂ ਮਾਡਲ ਦਾ ਸਲੈਂਸਰ ਆਉਂਦਾ ਉਹ ਲਵਾਉਣਾ। ਬਾਕੀ ਇਹਦੀ ਰਿਪੋਰਟ ਓਕੇ ਹੈ, ਅਤੇ ਹੁਣ ਤੁਸੀਂ ਦੋਸਤੋ ਇਹ ਦੱਸਿਓ ਵੀ ਇਹ ਕਿੰਨੇ ਕੁ ਦਾ ਹੋਊਗਾ ਟਰੈਕਟਰ, ਇਹ ਟਰੈਕਟਰ ਅਤੇ ਟਰਾਲੀ ਕਿੰਨੇ ਕੁ ਰੁਪਈਆਂ ਦੀ ਹੈ? ਬਿੱਡ ਇਹਦਾ ਬਹੁਤ ਉੱਚਾ ਹੈ। ਅਤੇ ਇੱਕ ਤੁਹਾਨੂੰ ਮੈਂ ਹੋਰ ਨਵੀਂ ਗੱਲ ਦੱਸਦਾ ਵੀ ਇੱਕ ਆਪਾਂ ਤੂੜੀ ਵਾਲੀ ਮਸ਼ੀਨ ਵੀ ਲੈ ਲਈਏ, ਇਹਦੇ ਜਾਲੀ ਲਵਾ ਕੇ ਇਹਨੂੰ ਤੂੜੀ ਵਾਲੀ ਦੇ ਵਰਤਾਂਗੇ, ਇੱਕ ਟਰਾਲੀ ਆਪਣੇ ਘਰ ਹੈਗੀ ਉਹਦੇ ਜਾਲੀ ਲਵਾ ਦਾਂਗੇ, ਅਤੇ ਐਸ਼ਰ ਨੂੰ ਤੂੜੀ ਢੋਣ ਵਾਸਤੇ ਲਿਆਂਦਾ। ਆਹ ਦੇਖੋ ਹੁਣ ਦੇਖੋ ਵੀ ਇਹ ਟਰੈਕਟਰ ਅਤੇ ਇਹ ਟਰਾਲੀ ਕਿੰਨੇ ਪੈਸਿਆਂ ਦੇ, ਤੁਸੀਂ ਕਮੈਂਟ ਕਰਕੇ ਦੋਸਤੋ ਜ਼ਰੂਰ ਦੱਸਿਓ, ਤੁਹਾਨੂੰ ਸਟਾਰਟ ਕਰਕੇ ਦਿਖਾਵਾਂ। ਇੱਕ ਮਿੰਟ ਦੇਖਦਾ ਮੈਂ, ਸਟਾਰਟ ਕਰਦਾ ਇਹਨੂੰ, ਚਾਬੀ ਵਿੱਚ ਹੋਈ ਤਾਂ ਮੇਰੇ ਖਿਆਲ ਚਾਬੀ ਘਰ ਹੋਊਗੀ। ਚਲੋ ਸਟਾਰਟ ਕਰਕੇ ਤੁਹਾਨੂੰ ਫਿਰ ਦਿਖਾਊਂਗਾ। ਇਹ ਤੁਹਾਨੂੰ ਮੈਂ ਦੱਸ ਦਿੰਦਾ ਵੀ ਧੂੰਆਂ ਧੂੰਆਂ ਬਿਲਕੁਲ ਨਹੀਂ ਮਾਰਦਾ, ਪੂਰੀ ਘੈਂਟ ਆਵਾਜ਼ ਹੈ, ਪੂਰੀ ਤੜ ਹੈ ਟਰੈਕਟਰ ਦੀ, ਗੇਅਰ ਗੁਰਾਂ ਦਾ ਪੂਰਾ ਸਾਫ਼ ਹੈ। ਠੀਕ ਹੈ ਦੋਸਤੋ, ਦੱਸਿਓ ਫਿਰ ਕਮੈਂਟ ਕਰਕੇ ਕਿੰਨੇ ਕੁ ਰੇਟ ਦੇ ਹੈ।